सो सत श्रीकाल बई सारा होप सो सारे जने बिल्कुल ठीक होवोंगे। अज की वीडियो के रिएक्ट करने जा रहे हैं बई एनीमल मूवी से। रणवीर कपूर की यह मूवी हैगी, मूवी का नाम हैगा एनीमल, जिन्हों आप पंजाबी पशु भी कह सकते हैं, जानवर भी कह सकते हैं, है ना। तो यह मूवी का बई टीज़र आ चुका है, टीज़र से करने जा रहे हैं रिएक्शन। तो बाकी जे आप होर अटरम पटरम की गल करिए, मूवी के बई जे डायरैक्टर आ गए वह है संदीप रेड्डी, तो रेड्डी वंगा। तो बाकी आप लेना कहते तो रणबीर कपूर हैगा गा, बस ठीक आ ओके गल निबेड़ो, होर आप किसी जानते नहीं बोझते नहीं इतने। सो देखते हैं कि बई भी किमें होंगे टीज़र किमें नहीं। सो बिना टाइम खराब किए शुरू कर दें जी ये वीडियो। What about kids? Rush पा देंगे, rush गल केड़ी करती। I want to be a father. You won't be like your father, right? आ जा। चौधरी, किन्होंने पैदा किया हमने? My father is the best father in the world. Don't ever go there. वो तो देख रहा। वो तो हम सारी दसता उन्हें तो कोई गल नहीं बी, फादर कुट नहीं होंगे, कोई चक्कर वाली गल नहीं। अगे देखते बाकी। Hey, Mr. Golden Spoon, तू वो सब करना जो तेरे जैसे अमीर बच्चे करते हैं, ट्रैवल द वर्ल्ड, सी थिंग्स, एक दो स्पोर्ट्स कार्स क्रैश कर, दो चार अफेयर कर, तेरी आंखें खुलेंगे फिर। गीतांजलि, तू मुझे कुछ भी पूछ सकती है। Anything dirty, porn देखता हूँ, लड़की झुकती है तो check out करता हूँ, and I'll always give you an honest answer. But not this. I'm sure I made some mistakes. नहीं पता था मुझे how to train a son. You trained me well, Papa. लुक तो है यार पशु वाली, यह जी गल नहीं। बुरा जी वेखण में गया, मिलिया कोई जे मैं आपो देखिया कुछ तो बुरा ना कोई। उड़ी पर मैं दूजी कट लिया बाबे संद। ਇਹਦਾ ਬਾਬੇ ਵੱਡਾ ਸੰਦ ਕੱਢ ਲਿਆ ਅੰਦਰੋਂ, ਉਹ ਪੇਟੀ ਜੀ ਵੱਟੀ ਜਾਂਦਾ ਸੀ ਉਹਦੇ 'ਚ ਆਹੀ ਸੀਗੀ। ਕਰਤਾ ਉਹੀ ਕੰਮ ਬਾਬਾ, ਇਹ ਤਾਂ ਸ਼ੁਰੂਆਤ ਹੈ, ਬਹੁਤ ਕੰਮ ਬਾਕੀ ਹੈ ਬਾਬਾ, ਉਸਨੂੰ ਮਿਲਣਾ ਹੈ, ਮਾਰਨਾ ਹੈ। ਯਾਰ ਭੈਣ ਬਈ ਕਹਿਣ ਨੂੰ ਕੁਛ ਮਰਜ਼ੀ ਆ, ਫਿਲਮ ਖਤਰਨਾਕ ਹੋਊਗੀ, ਹੈ ਨਾ। ਜਿਹੜੇ ਹਿਸਾਬ ਦਾ ਟੀਜ਼ਰ ਹੈਗਾ, ਮਤਲਬ ਆਹ ਦੇਖੋ ਤੁਸੀਂ ਗੋਲੀਆਂ ਦੇ ਖੋਲ ਆ ਚਾਰੇ ਪਾਸੇ, ਹੈ ਨਾ, ਅਤੇ ਖਤਰਨਾਕ ਜੀ ਚੀਜ਼ ਹੋਣ ਜਾ ਰਹੀ ਆ ਬਈ। ਰਣਬੀਰ ਕਪੂਰ ਪਹਿਲਾਂ ਵਾਲਾ ਰਣਬੀਰ ਕਪੂਰ ਨਹੀਂ ਹੋਣਾ ਇਹ ਫਿਲਮ ਦੇ ਵਿੱਚ। ਇਹ ਫਿਲਮ ਵੀ ਜਿਹੜਾ ਚੋਕਲੇਟੀ ਬੋਏ ਸੀਗਾ, ਹੈ ਨਾ, ਉਹ ਕੰਮ ਨਹੀਂ ਹੈਗਾ ਇਹਦੇ ਵਿੱਚ। ਇਹ ਖਤਰਨਾਕ ਹੋਣ ਜਾ ਰਿਹਾ ਇਹਦੇ 'ਚ ਰੋਲ ਬਾਈ ਦਾ। ਬਾਕੀ ਦੇਖਦੇ ਹਾਂ ਕੀ ਹੁੰਦਾ ਫਿਲਮ, ਆਈ ਤੋਂ ਪਤਾ ਲੱਗੂ, ਅੱਗੇ ਦੇਖਦੇ ਹਾਂ। ਬਾਕੀ ਆਪਣੇ ਰਾਸ਼ ਮਤ ਹੋਣਾ ਪਾਪਾ, ਪਲੱਸ ਉਹ ਵੀ ਦਿਆ ਵਾਲਾ ਐਕਟਿੰਗ ਬਹੁਤ ਸਾਰਾ ਯਾਰ ਬੌਬੀ ਦਿਓਲ ਦੀ। ਹੋਰ ਗੱਲਾਂ ਦੀਆਂ ਗੱਲਾਂ ਯਾਰ ਦੇਖੋ ਤੁਸੀਂ, ਸਰੀਰ ਸਰੂਰ ਵੀ ਤਕੜਾ ਬਣਾਇਆ, ਬਣਾਈ ਬੈਠਾ ਇਹਦੇ ਕੀ ਤਾਂ ਪੂਰਾ। ਇੱਕ ਦਸੰਬਰ ਨੂੰ ਆ ਰਹੀ ਹੈ ਫਿਲਮ, ਹੈ ਓਕੇ। ਮੇਰੇ ਹਿਸਾਬ ਨਾਲ ਸ਼ਾਇਦ ਜਿਹੜਾ ਬੌਬੀ ਦਿਓਲ ਹੈਗਾ ਉਹਨੂੰ ਇਹਦੇ ਵਿੱਚ ਉਹ ਬਣਾਇਆ ਗਿਆ, ਵਿਲਨ ਬਣਾਇਆ ਗਿਆ ਹੈਗਾ। ਅਤੇ ਬਾਕੀ ਫਿਲਮ ਜਦੋਂ ਪੂਰੀ ਆਊਗੀ, ਹੈ ਨਾ, ਉਦੋਂ ਹੀ ਦੱਸ ਸਕਦੇ ਹਾਂ ਆਪਾਂ। ਪਰ ਲੱਗ ਰਿਹਾ ਯਾਰ ਐਂ ਜੇ ਹੋ ਰਿਹਾ ਫੀਲ ਵੀ ਹਾਂ ਖਤਰਨਾਕ ਹੋਣ ਜਾ ਰਹੀ ਆ ਫਿਲਮ। ਅਤੇ ਬਾਕੀ ਜਦੋਂ ਰਿਲੀਜ਼ ਹੋਊਗੀ ਉਦੋਂ ਪਤਾ ਲੱਗੂਗਾ, ਪਰ ਆ ਰਹੀ ਆ ਫੀਲਿੰਗ ਵੀ ਹਾਂ ਖਤਰਨਾਕ ਹੋਊਗੀ ਫਿਲਮ ਇਹ, ਦੂਜੀਆਂ ਜਿਹੜੀਆਂ ਬੋਲੀਵੁੱਡ ਦੀਆਂ ਫਿਲਮਾਂ ਉਹਨਾਂ ਨਾਲੋਂ। ਅਤੇ ਆ ਪਿੱਛੇ ਮੈਨੂੰ ਫਿਲਮ ਇੱਕ ਉਹ ਜਿਹੜੀ ਸ਼ਾਹਰੁਖ ਖਾਨ ਦੀ ਫਿਲਮ ਆਈ ਸੀਗੀ, ਕੀ ਨਾਂ ਸੀ ਯਾਰ ਫਿਲਮ ਦਾ, ਉਹ ਸਾਰੇ ਜਾਣਦੀ ਆ ਇਹ 'ਚ ਪੱਟੀਆਂ ਜਾਂ ਬੰਨੀ ਫਿਰਦਾ ਯਾਰ, ਉਹ ਫਿਲਮ ਦਾ ਨਾਂ ਭੁੱਲ ਗਿਆ ਮੈਂ। ਅਤੇ ਉਹ ਘੈਂਟ ਲੱਗੀ ਸੀ ਇੱਕ ਤਾਂ ਫਿਲਮ ਮੈਨੂੰ, ਅਤੇ ਉਦੋਂ ਬਾਅਦ 'ਚ ਆਹ ਫਿਲਮ ਮੈਨੂੰ ਲੱਗ ਰਿਹਾ ਵੀ ਹਾਂ ਖਤਰਨਾਕ ਹੋ ਸਕਦੀ ਆ।
ਅਤੇ ਬਾਕੀ ਯਾਰ ਉਹ ਜਿਹੜੀ ਸਲਮਾਨ ਖਾਨ ਦੀ ਫਿਲਮ ਆਈ ਹੈਗੀ ਹੈ ਨਾ, ਅਤੇ ਉਹ ਵੀ ਦੇਖਦੇ ਹਾਂਗੇ ਜੇ ਮਾਹੌਲ ਬਣਿਆ ਤਾਂ ਦੇਖ ਕੇ ਆਵਾਂਗੇ। ਬਾਕੀ ਦੱਸੋ ਕਮੈਂਟ ਕਰਕੇ ਬਾਈ ਕਿਹੜਾ ਕਿਹੜਾ ਦੇਖਣ ਜਾਊਗਾ ਉਹ ਫਿਲਮ ਨੂੰ। ਟਾਈਗਰ 3 ਆ ਪਤਾ ਨਹੀਂ, ਟਾਈਗਰ ਜਿੰਦਾ ਹੈ ਪਤਾ ਨਹੀਂ ਮਰ ਗਿਆ ਹੈ ਨਾ, ਉਹ ਜਿਹੜੀ ਨਵੀਂ ਉਹਦੀ ਉਹ ਫਰੈਂਚਾਈਜ਼ੀ ਦੀ ਜਿਹੜੀ ਨਵੀਂ ਫਿਲਮ ਆਈ ਆ, ਦੱਸਿਓ ਜ਼ਰੂਰ ਕਮੈਂਟ ਕਰਕੇ ਕਿਹੜਾ ਕਿਹੜਾ ਦੇਖਣ ਜਾਊਗਾ, ਅਤੇ ਆਹ ਫਿਲਮ ਵੀ ਕਿਹੜਾ ਕਿਹੜਾ ਦੇਖਣ ਜਾਊਗਾ ਜ਼ਰੂਰ ਕਮੈਂਟ ਕਰਕੇ ਦੱਸਿਓ। ਅਤੇ ਕੁੱਲ ਮਿਲਾ ਕੇ ਠੀਕ ਸੀਗੀ ਫਿਲਮ ਦਾ ਟੀਜ਼ਰ ਦੇਖ ਕੇ ਤਾਂ ਲੱਗ ਰਿਹਾ ਵੀ ਘੈਂਟ ਹੋਊਗੀ, ਬਾਕੀ ਬਾਈ ਆਈ ਤੋਂ ਪਤਾ ਲੱਗੂਗਾ ਵੀ ਕੀ ਹੁੰਦਾ ਕੀ ਨਹੀਂ। ਬਸ ਬਈ ਇਹੀ ਸੀਗੀ ਆਪਣੀ ਵੀਡੀਓ, ਅਤੇ ਜੇ ਘੈਂਟ ਲੱਗੀ ਵੀਡੀਓ ਤਾਂ ਬਈ ਲਾਈਕ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਫਿਰ ਮਿਲਦਾ ਨਵੀਂ ਵੀਡੀਓ ਦੇ ਨਾਲ, ਥੈਂਕਸ ਫੋਰ ਵਾਚਿੰਗ ਗਾਈਸ।